ਗੁੱਡੀਆਂ ਉੱਡਣੀਆਂ ਬੰਦ ਹੋਣੀਆਂ ਚਾਹੀਦੀਆਂ ਜੀ, ਬਿਲਕੁਲ ਬਿਲਕੁਲ, ਗੁੱਡੀਆਂ ਉੱਡਣੀਆਂ ਬੰਦ ਹੋ ਜਾਂਦੀਆਂ। ਪੁਲਿਸ ਵਾਲਿਆਂ ਨੂੰ ਚਾਹੀਦਾ ਰਾਤ ਨੂੰ ਇੱਕ ਦੋ ਚੱਕਰ ਲਾ ਗਲੀਆਂ ਜਿੱਥੇ ਗੁੱਡਦੀ, ਉਹਨਾਂ ਦੇ ਸਖਤੀ ਕਰਨ, ਉਹਨਾਂ ਦੇ ਮਾਂ ਪਿਓ ਨੂੰ ਕਹਿਣ ਵੀ ਤੁਹਾਡਾ ਬੱਚਾ ਚੜਿਆ, ਮਨਾ ਕਰੋ, ਲੋਕਾਂ ਦੀ ਜ਼ਿੰਦਗੀ ਬਚ ਜਾਵੇ ਉਹਨਾਂ ਦੀ। ਅਦਰਵਾਈਜ਼ ਤਾਂ ਤੁਸੀਂ ਦੇਖੋ ਇਹ ਤਾਂ ਹਰ ਘਰ ਦੇ ਵਿੱਚ ਇਹ ਹਾਲਾਤ ਨੇ। ਲਾਹੌਰ ਦੇ ਵਿੱਚ ਤਾਂ ਵੈਸੇ ਹੀ ਬਹੁਤ ਸਾਰੇ ਲੋਕ ਇਸ ਵਜ੍ਹਾ ਤੋਂ ਆਪਣੇ ਆਪਣੇ ਬੱਚਿਆਂ ਨੂੰ ਖੋ ਬੈਠੇ ਨੇ। ਬੜੇ ਡੋਰ ਫਿਰਨ ਦੇ ਵਾਕਿਆ ਬੇਸ਼ੁਮਾਰ, ਬਹੁਤ ਬੜੀ ਤਾਦਾਦ। ਮੈਨੂੰ ਡੋਰ ਫਿਰ ਚੁੱਕੀ ਹੈ, ਮੈਨੂੰ 10 ਟਾਂਗੇ ਲੱਗੇ ਨੇ, ਉਹਨੂੰ ਖੁਦ ਡੋਰ ਫਿਰ ਚੁੱਕੀ ਹੈ ਗੱਡੀ 'ਚੋਂ ਪੁੱਲ 'ਤੇ। ਇਹ ਸਾਡੇ ਹਮਸਾਏ ਨੇ, ਬੜੇ ਅੱਛੇ, ਸਾਡਾ ਇਹਨਾਂ ਦੇ ਨਾਲ ਬੜਾ ਇੱਥੇ ਕਰ ਰਹਿਣਾ, ਇਹ ਕੰਮ ਨਹੀਂ ਹੋਣਾ ਚਾਹੀਦਾ। ਇਹ ਤਾਂ ਚੌਹਾਨ ਸਾਹਿਬ ਪਤਾ ਨਹੀਂ ਕੀ ਇਹਨਾਂ ਨੂੰ ਹੋਇਆ, ਇਮਰਾਨ ਖਾਨ ਖੁਦ ਅੱਛੇ ਲੇਕਿਨ ਆਪਣੀ ਟੀਮ ਨੂੰ ਨਹੀਂ ਰੋਕਦੇ, ਟੀਮ ਬਹੁਤ ਗੰਦੀ ਗਈ ਉਹਨਾਂ ਦੀ। ਇਹ ਤਾਂ ਕੁਛ ਕਰਨਾ ਚਾਹੀਦਾ ਨਾ ਸਾਰਿਆਂ ਨੂੰ ਮਿਲ ਕੇ। ਹੁਣ ਕੇਸ ਚੱਲਦਾ ਪਿਆ ਹਾਈਕੋਰਟ 'ਚ, ਹਾਈਕੋਰਟ 30 'ਤੇ 30 ਦੇਈ ਜਾ ਰਹੀ, ਉੰਨੀ ਦੇਰ ਬਸੰਤ ਬਣਾ ਲੈਣੀ ਇਹਨਾਂ ਨੇ। ਇਹ ਚੀਜ਼ ਤੁਸੀਂ ਕਿਹਾ ਨਾ, ਅਰੇ ਅਜੀਬੋ ਗਰੀਬ ਮਾਮਲਾ ਤਾਂ ਆ, ਔਰ ਪੁਲਿਸ ਕੀ ਜਾਨਬ ਸੇ ਹਕੂਮਤ ਕੀ ਰਿਟ, ਇਹ ਸਾਰੀ ਚੀਜ਼ਾਂ ਬੜਾ ਸਵਾਲੀਆ ਨਿਸ਼ਾਨ ਹੈ। ਪੁਲਿਸ ਤਾਂ ਕੁਛ ਵੀ ਨਹੀਂ ਕਰਤੀ, ਪੁਲਿਸ ਕਿਆ ਕਰਤੀ, ਆ ਕੇ ਚਲੀ ਗਈ ਹੈ, ਬਸ ਮਿਲ ਕੇ ਚਲੀ ਗਈ ਹੈ। ਯਾਰ ਇਲਾਕੇ ਵਾਲਾ ਸੇ ਪੁੱਛੇ ਇਹ ਕਿਆ ਹੋਤਾ ਹੈ ਕਿਆ ਨਹੀਂ ਹੋਤਾ, ਪੁਲਿਸ ਕੋ ਤਾਂ ਪੁੱਛਣਾ ਚਾਹੀਏ ਨਾ। ਬੜਾ ਅੱਛਾ ਬੱਚਾ ਥਾ, ਮਾਸ਼ਾਅੱਲਾ ਹਫਜ਼ੇ ਕੁਰਾਨ ਬਣ ਰਹਾ ਥਾ, ਤਕਰੀਬਨ ਉਸਨੇ ਮੇਰੇ ਹਲੇ 6 ਸਪਾਰੇ ਵੀ 8 ਸਪਾਰੇ ਹਿਫਜ਼ ਕਰ ਲਈ ਥੇ ਉਸਨੇ, ਮਾਸ਼ਾਅੱਲਾ ਪਰਸੋਂ ਅਭੀ ਮੁਝਸੇ ਮਿਲ ਕੇ ਗਿਆ ਹੈ, ਤੋ ਅੱਲਾਹ ਤਾਲਾ ਉਸਕੀ ਮਗਫਰਤ ਕਰੇ ਜੀ, ਨੇਕੀ ਕਰ ਰਹਾ ਥਾ, ਅੱਲਾਹ ਤਾਲਾ ਉਸੇ ਜਜ਼ਾਏ ਹੈਰਤ ਆ ਕਰੇ, ਬਸ ਗਲਤੀ ਹੋ ਜਾਤੀ ਹੈ, ਬੱਚੇ ਸ਼ੋਕ ਕਰ ਲੈਤੇ ਹੈ। ਮੈਂ ਤਾਂ ਇਹੀ ਕਹਿ ਰਹਾ ਥਾ ਬਸੰਤ ਖਤਮ ਹੋਣੀ ਚਾਹੀਏ, ਠੀਕ ਹੈ ਨਾ, ਇਹ ਨਹੀਂ, ਇਨਕਾ ਦੁੱਖ ਕੌਣ ਜੋ ਹੈ ਯਾਨੀ ਕਿ ਭਰੇਗਾ, ਬੱਚਾ ਜੋ ਹੈ ਚਲਾ ਗਿਆ, ਇਹ ਤਾਂ ਸਾਰੀ ਜ਼ਿੰਦਗੀ ਨਹੀਂ ਇਨਕੋ ਭੁੱਲੇਗਾ ਨਾ, ਅੱਲਾਹ ਤਾਲਾ ਇਨਕੋ ਸਬਰ ਅਤਾ ਕਰੇ। ਹਾਫਿਜ਼ ਸਾਹਿਬ ਆਪ ਵੀ ਆਈਏ, ਕਿਆ ਹਾਲ ਹੈ, ਆਪ ਵੀ ਜਾਣਦੇ ਤੇ ਹਾਫਿਜ਼ ਸਾਹਿਬ ਕੋ? ਮੇਰਾ ਭਤੀਜਾ ਦਾ ਸਗਾ ਅਲਹਮਦੁਲਿਲਾ, ਤਾਂ ਨੇਕ ਬੱਚਾ ਥਾ, ਪਾਂਚ ਕਾ ਨਮਾਜ਼ੀ, ਉਸਨੇ ਕੁਰਾਨ ਪਾਕ ਹੀ ਫਸਤੀ ਹਵਾ, ਹਮ ਇਤਨਾ ਦੁੱਖ ਹੈ, ਹਮੇ ਉਸਕਾ ਹੀ ਪੌਦੀ ਕਾ, ਹਮ ਚਾਹਤੇ ਹੈ ਕਿ ਹਕੂਮਤ ਸੇ ਹਮਾਰਾ ਯੇ ਅਪੀਲ ਹੈ ਕਿ ਇਸ ਜੋ ਖੂਨੀ ਖੇਲ ਹੈ ਇਸਕੋ ਬੰਦ ਕੀਆ ਜਾਏ, ਖੁਦਾ ਕੇ ਲੀਏ ਬੰਦ ਕੀਆ ਜਾਏ, ਕਿਉਂਕਿ ਇਹ ਮਾਸੂਮ ਬੱਚੇ ਹੈ, ਜਬ ਸੇ ਯੇ ਐਲਾਨ ਕੀਆ ਹੈ ਬਸੰਤ ਕਾ, ਯੇ ਮਾਸੂਮ ਬੱਚੇ ਇਨੀ ਤਰਫ ਉਨਕਾ ਰੁਝਾਨ ਹੋ ਗਿਆ ਕਿ ਹਮ ਲੋਕ ਬਸ ਗੁੱਡੀਆਂ ਪਤੰਗੋਂ ਕੀ ਤਰਫ, ਹਮਾਰੀ ਯਹੀ ਅਪੀਲ ਹੈ ਹਕੂਮਤ ਸੇ ਕਿ ਯੇ ਇਸਕੋ ਖੇਲ ਕੋ ਬੰਦ ਕੀਆ ਜਾਏ, ਹਮ ਆਪਸੇ ਆਪਕੇ ਆਨੇ ਕਾ ਯਹੀ ਹਮਾਰਾ ਮਕਸਦ ਪੂਰਾ ਹੋ ਜਾਏਗਾ, ਆਪ ਲੋਕ ਆਏ ਹੋ ਇਧਰ, ਹਮਾਰਾ ਯਹੀ ਆਪਕੇ ਆਨੇ ਕਾ ਮਕਸਦ ਪੂਰਾ ਹੋ ਜਾਏਗਾ, ਯੇ ਕਾਮ ਬੰਦ ਹੋ ਜਾਏ। ਪਹੁੰਚਾ ਤੋ ਮੁਝੇ ਐਲੇ ਮੁਹੱਲਾ ਨੇ ਯੇ ਬਤਾਇਆ ਕਿ ਯਹਾਂ ਪਰ ਜੋ ਹੈ ਦੋ ਤਿੰਨ ਦੁਕਾਨਦਾਰ ਹੈ ਜੋ ਯੇ ਪਤੰਗਬਾਜ਼ੀ ਕੇ ਪਤੰਗੇ ਵਗੈਰਾ ਬੇਚਤੇ ਹੈ, ਤੋ ਉਨਕੋ ਇੱਕ ਦੋ ਦਫਾ ਪੁਲਿਸ ਨੇ ਆ ਕੇ ਰੰਗੇ ਹੱਥੋਂ ਪਕੜਾ ਵੀ ਹੈ, ਔਰ ਵੋ ਪਤੰਗੇ ਵੀ ਸਾਰੀ ਲੈ ਕੇ ਗਈ ਹੈ ਥਾਣੇ ਮੇ, ਪੁਲਿਸ ਸਟੇਸ਼ਨ ਮੁਸਰੀ ਸ਼ਾਹ ਪੁਲਿਸ, ਔਰ ਹੁਆ ਯੇ ਕਿ ਆਧੇ ਘੰਟੇ ਘੰਟੇ ਬਾਅਦ ਜੋ ਹੈ ਵੋ ਪਤੰਗੇ ਵੀ ਸਾਥ ਲੈ ਕੇ ਪੁਲਿਸ ਵਾਲਾ ਆ ਗਿਆ, ਵੋ ਜੋ ਥਾਣੇ ਗਿਆ ਵਹਾਂ ਸੇ ਪਤੰਗੇ ਲੈ ਕੇ ਸਾਰੀ ਵਾਪਸ ਆ ਕੇ ਮੁਹੱਲੇ ਮੇਂ, ਵੋ ਉਸੀ ਤਰ੍ਹਾਂ ਬੱਚੋਂ ਕੋ ਫਰੋਹਤ ਕਰ ਰਹਾ ਥਾ, ਅਬ ਦੇਖੀਏ ਕਿ ਪੁਲਿਸ ਆਈ ਹੈ ਵੋ ਵੈਸੇ ਚਲੀ ਗਈ ਹੈ, ਅਬ ਜ਼ਿੰਮੇਦਾਰ ਕੌਣ ਹੈ, ਨਾ ਉਸਕੇ ਖਿਲਾਫ ਕਾਰਵਾਈ ਹੋਈ ਹੈ, ਜਾਂ ਬੇਚ ਰਹਾ ਥਾ ਉਸਕੋ ਪਕੜਤੇ, ਹਾਂ ਵੀ ਤੇਰੀ ਤੂੰ ਇਸ ਤਰ੍ਹਾਂ ਯਹਾਂ ਪਰ ਕਿਉਂ ਇਹ ਗੈਰ ਕਾਨੂੰਨੀ ਕਾਮ ਕਰ ਰਹਾ, ਤੋ ਇਸੀ ਤਰ੍ਹਾਂ ਹੀ ਹੈ ਯੇ ਸਿਸਟਮ, ਇਸਕੇ ਉੱਪਰ ਜੋ ਹੈ ਵੋ ਹੁਕਾਮੇ ਬਾਲਾ ਕੋ ਹੋਸ਼ ਕੇ ਨਾਹਨ ਲੈਣੇ ਚਾਹੀਏ, ਹਮਾਰੇ ਮੁਅੱਜ਼ਜ਼ ਜੋ ਕਾਨੂੰਨ ਨਾਫਿਜ਼ ਕਰਨੇ ਵਾਲੇ ਇਦਾਰੇ ਹੈ, ਉਨਕੋ ਵੀ ਇਸ ਹਵਾਲੇ ਸੇ ਸੋਚਣਾ ਚਾਹੀਏ ਕਿ ਯੇ ਜੁਰਮ ਜੋ ਹੈ ਵੋ ਉਸਕੀ ਇਬਤਦਾ ਕਹਾਂ ਸੇ ਹੋਈ ਹੈ, ਉਸਕੋ ਵੀ ਪਕੜੇ। ਅੱਛਾ ਆਪ ਬੱਚੇ, ਆਪ ਬੇਟੇ ਕਿਸ ਕਲਾਸ ਮੇਂ? ਮੈਂ ਕਾਮ ਕਰਤਾ ਹੂੰ। ਕਾਮ ਕਰਤੇ? ਪੜ੍ਹਤੇ ਨਹੀਂ ਆਪ? ਮੈਂ 5 ਪੜ੍ਹ ਚੁਕਾ ਹੂੰ। 5 ਪੜ੍ਹ ਚੁਕੇ ਜੀ, ਤੋ ਆਪ ਪਤੰਗਬਾਜ਼ੀ ਤੋਂ ਨਹੀਂ ਕਰਤੇ? ਨਹੀਂ, ਮੁਝੇ ਉਡਾਨੀ ਨਹੀਂ ਆਤੀ। ਉਡਾਨੀ ਨਹੀਂ ਆਤੀ? ਨਹੀਂ। ਗੁੱਡੀ ਕੀ ਡੋਰ ਦੇਖ ਕੇ, ਖੰਭੇ ਸੇ ਲਟਕੀ ਡੋਰ ਦੇਖ ਕੇ ਖੈਂਚਤੇ ਤੋਂ ਨਹੀਂ ਆਪ? ਨਹੀਂ। ਉਸਕੋ ਨਹੀਂ ਖੈਂਚਨੀ, ਵੋ ਧਾਤ ਕੀ ਤਾਰ ਹੋਤੀ ਹੈ ਕਈ ਦਫਾ, ਔਰ ਜਿਸ ਤਰ੍ਹਾਂ ਯੇ ਹਾਫਿਜ਼ ਸਾਹਿਬ ਵੀ ਇਸ ਦੁਨੀਆ ਮੇਂ ਨਹੀਂ ਰਹੇ, ਬਹੁਤ ਕਮ ਉਮਰ ਮੇਂ ਇਸ ਦੁਨੀਆ ਸੇ ਚਲੇ ਗਏ, ਤੋ ਵੋ ਨਹੀਂ ਆਪਣੇ ਪਕੜਨੀ, ਠੀਕ ਹੈ? ਆਪ ਬੇਟਾ ਕਿਸ ਕਲਾਸ ਮੇਂ? ਮੈਂ ਹਿਫਜ਼ ਕਰਤਾ ਹੂੰ। ਤੋ ਆਪ ਹਾਫਿਜ਼ ਸਾਹਿਬ ਕੇ ਸਾਥ ਥੇ? ਜੀ। ਜਾਣਤੇ ਹੋ ਉਨ੍ਹੇਂ? ਜੀ। ਤੋ ਕਿਸ ਤਰ੍ਹਾਂ ਕੇ ਥੇ ਹਾਫਿਜ਼ ਸਾਹਿਬ, ਕਿਆ ਵੋ ਬਾਤ ਕਰਤੇ ਥੇ, ਕਿਆ ਡਿਸਕਸ ਕਰਤੇ ਥੇ, ਜ਼ਿੰਦਗੀ ਕੇ ਬਾਰੇ ਮੇਂ ਕਿਆ ਕਹਤੇ ਹੋਤੇ ਥੇ? ਬਹੁਤ ਬਿਹਤਰ ਥੇ। ਆਪਸੇ ਕੋਈ ਬਾਤ ਡਿਸਕਸ ਕਰਤੇ ਥੇ, ਦਿਲ ਕੀ ਬਾਤ? ਜੀ। ਕਿਆ ਕਹਤੇ ਥੇ ਆਪਕੋ? ਸ਼ੌਕ ਹੈ ਪੜ੍ਹਨੇ ਕਾ। ਪੜ੍ਹਨੇ ਕੋ ਨੇ ਬਹੁਤ ਸ਼ੌਕ? ਜੀ। ਤੋ ਆਪ ਪਤੰਗਬਾਜ਼ੀ ਤੋ ਨਹੀਂ ਕਰਤੇ? ਨਹੀਂ। ਔਰ ਗੁੱਡੀ ਅਗਰ ਖੰਭੇ ਕੇ ਸਾਥ ਤਾਰ ਵਗੈਰਾ ਲਟਕੀ ਹੋ, ਤੋ ਆਪ ਪਕੜਨੇ ਕੀ ਕੋਸ਼ਿਸ਼ ਤੋ ਨਹੀਂ ਕਰਤੇ? ਨਹੀਂ। ਕਿਉਂਕਿ ਵੋ ਧਾਤ ਕੀ ਤਾਰ ਹੋਤੀ ਹੈ, ਔਰ ਉਸਮੇਂ ਕਰੰਟ ਹੋਤਾ ਹੈ,
اور وہ بندہ بندے کی جان چلے جاتی. ٹھیک ہے. السلام علیکم جی. کیا نام ہے بیٹا آپ کا؟ غلام مصطفیٰ. کس کلاس میں آپ؟ میں حفظ کرتا ہوں. تو حافظ صاحب کو جانتے تھے آپ؟ نہیں. نہیں جانتے تھے. تو آپ پتنگ بازی تو نہیں کرتے آپ؟ نہیں, مجھے اڑانی نہیں آتی. تو یہ دیکھیں, پتنگ بازی کے چکر میں جو لوگ بھی دھات کی تاریں یوز کر کے لوگوں کی زندگیوں سے کھیلتے ہیں, اس سے دیکھیں کتنا بڑا نقصان ہے جو پورا نہیں ہو سکتا, ارریورسیبل, اس کا ڈیمیج کنٹرول ہی نہیں ہو سکتا. یہ بچے ہیں جی, سارے معصوم بچے اور بہت چھوٹی عمروں میں ہیں سارے, اور محلے کے بہت سارے لوگ بڑے آپس میں کمیٹڈ ہیں, ایک دوسرے کے ساتھ بڑے ان کا جین مرن دا ساتھ ہے, جس طرح کہتے ہیں پنجابی میں. تو ان سارے واقعات کا نوٹس لیا جانا چاہیے, اس پر باقاعدہ طور پر سختی ہونی چاہیے, حالات بہتری کی طرف جانے چاہیے تاکہ معصوم لوگ جو ہیں وہ اپنی جانیں جو ہیں وہ بچا سکیں. یہ سارے بزرگ ہیں, ان کے بڑے اور ان کے والدین وہ کام پہ چلے جاتے ہیں, اپنے دھندے پہ چلے جاتے ہیں, روٹی روزی کمانے چلے جاتے ہیں, کسی کا بزنس ہے, کوئی پڑھاتا ہے, کوئی ورک شاپ چلاتا ہے, کوئی کام کرتا ہے, کوئی ہٹی چلاتا ہے. ان سارے معاملات میں متوسط طبقہ ہے سارا, اور سفید پوش لوگ ہیں سارے, اور ان کے محلے میں تاروں کے حالات اگر آپ کو دکھائیں تو وہ بڑے عجیب و غریب حالات ہیں, اور یہاں متعلقہ محکموں کو اس کا نوٹس لازمی لینا چاہیے, اور ان سارے واقعات کا صد باب بھی ہونا چاہیے تاکہ اس طرح نہ ہو. اس میں ایک اور چیز ہے, جس دن یہ فیاض الحسن چوہان صاحب نے یہ بیان دیا تھا کہ بسنت ہونی چاہیے, اس سے ٹھیک اگلے دن جو ہے وہ ہائی کورٹ کے اندر ایک پٹیشن دائر ہوئی, اور اس کے ساتھ ساتھ ایک لیگل نوٹس جو ہے وہ بھجوایا گیا ایک شہری کی طرف سے کہ آپ نے غلط کیا ہے, یہ قانون کی خلاف ورزی ہے. سپریم کورٹ نے اس قانون اس کے اوپر, بسنت کے اوپر جو ہے وہ پابندی عائد کر رکھی ہے. تو اس طرح کا بیان جو ہے وہ سوچ سمجھ کے دینا چاہیے تھا. آپ جیسا کہ یہ بچے والدین جو ہے وہ بتا رہے ہیں کہ بیان کے بعد جو ہے یہاں پر مصری شاہ کے علاقے کی صورت بتا رہے ہیں کہ رات کو یہاں پر 9 بجے کے بعد جو ہے وہ پتنگ بازی اور جو ہے وہ زور و شور پہ ہوتی ہے. اور آپ نے دیکھا ہوگا پیچھے ہم جب آئے ہیں تو پیچھے نا تاروں کے اوپر, بجلی کی تاروں کے اوپر ڈور لٹکتی ابھی نظر آ رہی ہے, وہاں پر ابھی بھی نظر آ رہی ہے. آئیے وہ دکھاتے ہیں. اور دوسرا ادھر تاروں کے حالات بڑے عجیب و غریب ہیں جی, ہر جگہ تاریں جی بالکل ننگی ہیں, دیکھ لو سامنے کوئی, یہ دیکھو نا جوڑ سامنے ننگا ہے, ادھر دیکھو یہ نہیں کہ مجھے دکھا سکتے ہیں کیا آپ؟ آئیے میرے ساتھ, حافظ صاحب آپ بھی آئیے. بچے آئے جی سارے, آپ کو دکھاتے ہیں یہاں حالات کیا ہیں بیسیکلی, اور ان حالات کی وجہ سے یہ آپ دیکھ سکتے ہیں. آپ اگر ادھر سے شروع کریں, یہ آپ دیکھیں یہاں تاروں کے کس طرح کے حالات ہیں, اور انسانی جان سے زیادہ قیمتی کوئی چیز نہیں اس دنیا میں, انسانی جان بہت نایاب ہے, اور انسان کی عظمت کو ترازو میں نہ تولو, انسان تو ہر دور میں انمول رہا ہے, یہ کیفیت ہے. اور اس ساری صورت حال میں آپ میرے ساتھ آئیے جی, بہت سارے محلے کے ادھر احباب ہیں ہمارے ساتھ, اور یہ آپ دیکھیں تاروں کی صورتحال آپ دیکھیں, یہاں لوگوں کا بڑا مشکل سے گزر بسر ہو رہا ہے اس وجہ سے, اور کسی وقت بھی اسپارکنگ کا مسئلہ, کرنٹ کا مسئلہ, اور اوپر سے پھر یہ گلہ کرتے ہیں کہ ادارے رسپونڈ نہیں کرتے, اور جب ادارے رسپونڈ نہیں کرتے فرسٹ ایڈ ٹائم پہ نہیں پہنچتی, اور تربیت نہیں ہے کہ کرنٹ لگنے کی صورت میں اور پتنگ بازی کے چکر میں کرنٹ لگنے کی صورت میں کیا کیا جانا چاہیے, فرسٹ ایڈ کس طرح دی جانی چاہیے, تو اس طرح کی کوئی جب صورتحال موجود نہیں ہے. یہ آپ دیکھ سکتے ہیں, یہ ہر جگہ یہی ہے بھائی صاحب, یہ تو ہر جگہ ہی یہ مسئلہ ہے. بالکل یہی مسئلہ ہے, لیکن کرنٹ بھی لوگوں کو اسی طرح تو لگتے ہیں, کسی وقت بھی کچھ نہ کچھ ہو سکتا ہے. ان کا نوجوان بچہ تو وہ بھی ایسی ہے, یہ پورے محلے کے کوئی پیر بھی کرتا ہی نہیں. یہ ایک منٹ ادھر, یہ ہم نے خود بنوائی ہے بجائے ان انتخاب کرنے میں کسی نے نہیں بنائی, یہ انہوں نے خود پیسے لگا کے تھے, یہ سارا محلہ ہم نے ٹھیک کروایا. ہاں جی نظر آ رہے سر نا, یہ بالکل فارغ سامنے نظر آ رہی سی گٹر, کسی نے بھی بندہ ڈگ سکتا سی. صبح کو اتنے بچے ہوتے ہیں کہ میں کیا آپ کو بتاؤں, یہ بچے گرتے تھے اس میں, اور انہوں نے خدا خوفی کی ہم 4 دکانداروں نے مل کے خود بنوایا ہے. بات یہ ہے کہ یہ حمزہ شہباز کا حلقہ رہا ہے, اور اب جو ہے وہ سابق وزیر اعظم شاہد خاقان عباسی صاحب کا حلقہ ہے, اور اس حلقے کی یہ عوام ہے جن سے وہ ووٹ لیتے رہے ہیں, اور جن سے جو ہے وہ پچھلے 5 سال ان کی حکومت رہی ہے, اور اب جو ہے تاروں کے حال آپ دیکھ رہے ہیں, کیمرے کی آنکھ آپ کو ہمارے ناظرین کو بھی دکھا رہی ہے. تو اس کے اندر جو ہے وہ ذمہ داروں کا تعین کیا جائے, نہ کہ دفتروں میں بیٹھ کے جو ہے وہ فائلوں کے اوپر سب اوکے کی اچھے کی رپورٹ جو ہے وہ دی جائے. تو اس کا اوپر جو ہے میرے خیال سے ذمہ داروں کو خلاف فوری کارروائی کی جائے, جس طرح ایک معصوم جان جو ہے وہ اب ضائع ہوئی ہے, تو آگے جو ہے وہ اس طرح کا نا عالمی واقعہ پیش آئے. تو یہ آپ نے متعلقہ محکموں کو کمپلین نہیں کی؟ کمپلین تو جناب کریے, وہ آگے دیکھ کے چلے جاتے ہیں,
की करिए। रात मुझे पता चला यहाँ से रात गए, यहाँ पतंगबाजी शुरू हो जाती है लेट नाइट। उमन ये तो बिल्कुल आम बात है, ये शुरू हुई है। श्री शाह पुलिस नहीं देखती। बाइक पे गया, उसको भी बहुत शौक है गुड़िया उड़ाने का। मैंने उसको कितनी बार कहा गुड़िया ना उड़ाया करो, फिर यह नहीं मानता। गुड़िया उड़ाने से जान चली जाती है, आजकल तो हालात ये बने हुए। यहाँ से चीरा पार गया था पतंग को, जब देखें कि वो कट के जा रही है और उसके पीछे ना फिर कोई भागे, है ना। और पतंग उड़नी भी नहीं चाहिए, पुलिस को भी इसका नोटिस लेना चाहिए, ऐसा ही है ना। आप जब स्कूल जाओगी तो आप समझाओगी सबको जी? पक्का हुआ था? हाँ जी। आप सारे भी समझाएंगे जी? क्या समझाएंगे बताइए? के पतंग उड़ाना छोड़ दो, इसे जाने भी जा सकती हैं, कुछ भी हो सकता है। पतंगबाजी बस बंद कर दे, पतंगबाजी बंद, पतंगबाजी ना दी की जाए, उस पर पाबंदी लगाई जाए।